हाय गाइस, वेलकम टू माय चैनल आज मेकअप स्टूडियो। मैं हूँ आपकी अपनी जसमीत। सो आज मैं आपको लेके जा रही हूँ फार्मर्स के सपोर्ट में, जो है कुंडली। तो अभी हम घर से निकल रहे हैं, मैं अपनी पूरी फैमिली के साथ जा रही हूँ, ऐसा नहीं है कि मैं अकेले जा रही हूँ। तो अब मैं आपको सीधा मिलूंगी कुंडली, वहाँ पे दिखाते हैं कि क्या चल रहा है, किस हिसाब से है एक्चुअल रियलिटी क्या है। लोगों के बोलने पे तो कोई फ़ायदा नहीं है, अब हम वहाँ चल के देखेंगे कि रियलिटी वहाँ पर क्या है। सो मैं कोशिश करूँगी जितना हो सके रियल, जो उनका स्ट्रगल इस समय वहाँ चल रहा है, जिन चीज़ों से वो परेशान हो रहे हैं। तो अब पता चलेगा थोड़ी देर में, अगर मैं एक बार ही पहुँच जाऊँ फिर हम आपको मिलते हैं सीधा, और डायरेक्ट मैं उन लोगों से बात भी कराऊंगी और देखते हैं वो आपको क्या कहते हैं। खेत साडे पड़दादिया ने बड़ी मेहनत नाल कमाए ने, ओए उच्चे नीवे टिब्बे सी जड़े बलदां दे नाल बाहे ने, हके अड़के आपे लै लांगे तेरे तरले तुरले कढ दे नी, ओए जमीन जट्टां दी है ते जट छड़ दे नी, जट छड़ दे नी। संघर्ष पे ट्रैक्टर, यहाँ बहुत सारे लोग हैं, सब कोशिश करते हैं। आया होवे हड़ पावे पिया होवे सोका, गुरु घर दे स्पीकरां चो आवे सांझा होका। आया होवे हड़ पावे पिया होवे सोका, गुरु घर दे स्पीकर। बहुत ज्यादा कह सकते हो, टेम्पो ट्राले ट्रक सब खड़े हैं, अभी लंगर हर जगह चल रहा किसानों का इकट्ठ होया सीगा, जिहड़े मोदी ने बिल आर्डीनेंस फेल किए सी उन्हां नूं नहीं मन्निया सीगा, उस करके रोस धरने प्रदर्शन काफ़ी किए आ, काफ़ी चिरां तों मतलब ये धरने चल रहे सीगे, जो कि हुण ये धरना एक थां ते इकट्ठा हो चुकिया आ।
ਕਿ ਜਿੰਨੀ ਦੇਰ ਤੱਕ ਉਹ ਆਪਣੇ ਬਿੱਲ ਵਾਪਸ ਨਹੀਂ ਲੈਂਦਾ ਉਹਦੇ ਤੱਕ ਇੱਥੋਂ ਕਿਸਾਨ ਜਥੇਬੰਦੀਆਂ ਨਿਹੰਗ ਜਥੇਬੰਦੀਆਂ ਸਾਰੀਆਂ ਸਹੂਲਤਾਂ ਸਾਰੀਆਂ ਫੈਸਿਲਿਟੀਜ਼ ਸਭ ਮਿਲਦੀਆਂ ਪਈਆਂ ਇੱਥੇ ਅਤੇ ਉਨੀ ਦੇਰ ਤੱਕ ਉਹ ਧਰਨਾ ਆਪਣਾ ਇੱਥੋਂ ਨਹੀਂ ਚੁੱਕਣਗੇ ਅਤੇ ਤੁਸੀਂ ਦੇਖ ਸਕਦੇ ਹਾਂ ਜਿੱਦਾਂ ਕਿ ਸਭ ਇੱਥੇ ਸਹੂਲਤਾਂ ਖਾਣ ਪੀਣ ਦੀਆਂ ਮੈਡੀਕਲ ਦੀਆਂ ਕੋਈ ਵੀ ਇੱਥੇ ਕਿਸੇ ਵੀ ਤਰ੍ਹਾਂ ਦੀ ਤੋੜ ਨਹੀਂ ਆ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਇੰਨੀ ਕੁ ਕਿਰਪਾ ਆ ਉਹਨਾਂ ਦਾ ਲੰਗਰ ਜਿਹੜਾ 20 ਰੁਪਏ ਚਲਾਇਆ ਅੱਜ ਲੱਖਾਂ ਰੁਪਏ ਦੇ ਵਿੱਚ ਚੱਲਣ ਦਿਆ ਆ ਇੱਥੇ ਤੁਸੀਂ ਦੇਖ ਸਕਦੇ ਇੱਥੇ ਕਿਸੇ ਵੀ ਚੀਜ਼ ਦੀ ਘਾਟ ਨਹੀਂ ਆ ਜੀ ਲੋਕੀ ਕਹਿੰਦੇ ਹੋਣਗੇ ਵੀ ਉਹ ਇੱਥੇ ਜਾ ਕੇ ਮਰਦੇ ਆ ਜਾਂ ਕੁਛ ਵੀ ਆ ਪਰ ਇੱਥੇ ਕਿਸੇ ਵੀ ਤਰ੍ਹਾਂ ਦੀ ਘਾਟ ਨਹੀਂ ਆ ਇੱਕ ਵਾਰੀ ਆ ਕੇ ਦੇਖੋ ਇੱਥੇ ਫੁੱਲ ਨਜ਼ਾਰੇ ਬੱਜੇ ਹੋਏ ਆ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਫੁੱਲ ਕਿਰਪਾ ਆ ਜੀ ਸੋ ਗਾਇਜ਼ ਆਪਣੀ ਤਰਫੋਂ ਜੋ ਵੀ ਸੇਵਾ ਹੋ ਰਹੀ ਹੈ ਹਰ ਕੋਈ ਆਪਣੇ ਦਿਲ ਕੇ ਹਿਸਾਬ ਸੇ ਕਰ ਰਿਹਾ ਹੈ ਤੋ ਯਹਾਂ ਚੱਲ ਰਹੀ ਹੈ ਸੇਵਾ ਇਸਮੇ ਕਿਆ ਆਇਆ ਦਰੀਆ ਔਰ ਇਹ ਕਿਆ ये एसिडिटी की दवाई यहाँ पे लोगों को एसिडिटी होती है गैस वगैरह की उसके ले ले सोने का थोड़ा सा प्रॉब्लम हो रही है सबको सब ऐसे सो रहे हैं लाइक नीचे की होया मोदी होया वाह बढ़िया वीर ਕਿਹੜੇ ਪਿੰਡ ਹੋਏ ਅਸੀਂ ਡੇਰਾ ਬਾਬਾ ਨਾਨਕ ਤੋਂ ਆਏ ਡੇਰਾ ਬਾਬਾ ਆਇਆ ਹੋਵੇ ਹੜ ਭਾਵੇਂ ਪਿਆ ਡੇਰਾ ਬਾਬਾ ਨਾਨਕ ਦਾ ਹੋ ਗਏ ਜੀ ਅੱਜ ਹਾਂ 10 ਦਿਨ ਹੋ ਗਏ ਅੱਜ 10 ਦਿਨ ਹੋ ਗਏ ਸਟਾਰਟਿੰਗ ਤੋਂ ਆਏ ਹੋ ਹਾਂਜੀ ਹਾਂਜੀ ਕਿੰਨੇ ਇਸ਼ੂ ਹੋਏ ਅੰਜ ਰਸਤੇ ਚ ਚਾਰ ਚਲੇ ਆਏ ਜੀ ਮੋਟੇ ਮੋਟੇ ਆਪੋ ਆਪਣੇ ਤਿੰਨੀ ਥਾਈ ਜ਼ਿਆਦਾ ਮੁਸ਼ਕਲ ਆਈ ਆ ਕੌਣ ਕੌਣ ਸੀ ਦੀ ਉਹ ਸ਼ੰਭੂ ਬਾਰਡਰ ਤੇ ਠੀਕ ਹੈ ਜੀ ਤੇ ਕੁਰਕਸ਼ੇਤਰ ਤੇ ਕਰਨਾਲ ਬੜੀ ਕਿਰਪਾ ਕਰਨ ਲਈ ਅਸੀਂ ਤੇ ਵੈਸੇ ਆਪਣਾ ਹਲਵਾਈ ਅੱਜ ਵੀ ਸਾਡਾ ਜਥਾ ਯੂਥ ਦਾ ਹੀ ਆਇਆ ਸਾਰੇ ਜਿੰਨੇ 24 ਜਣੇ 26 ਜਣੇ ਆਏ ਆ ਸਾਰੇ ਯੂਥ ਹੀ ਆ ਠੀਕ ਹੈ ਜੀ ਪਹਿਲਾਂ ਜਿਹੜਾ ਸੀਗਾ ਸਟਾਰਟ ਵਿੱਚ 70% ਜਿਹੜੇ ਸੀ ਅਬਵ 50 ਸੀ ਜੀ ਤੇ 30% ਨੌਜਵਾਨ ਸੀਗੇ ਜੀ ਹੁਣ ਕਹਿ ਲਓ ਵੀ 70% ਨੌਜਵਾਨ ਹੋ ਗਏ ਤੇ 30% ਰਹਿ ਗਏ ਅਬਵ 50 ਇੱਥੇ ਕਿਤੇ ਕੋਈ ਦਿੱਕਤ ਪਰੇਸ਼ਾਨੀ ਤੇ ਨਹੀਂ ਆਉਂਦੀ ਆ ਰਹੀ ਕੋਈ ਮੁਸ਼ਕਲ ਨਹੀਂ ਆ ਰਹੀ ਜੀ ਆਪ ਵੀ 62 ਦਾ ਜੀ ਮੈਂ ਰਿਟਾਇਰਡ ਲੈਕਚਰਰ ਹਾਂ ਜਿਹੜਾ ਬਾਰਡਰ ਖੁੱਲਾ ਵਾ ਕੱਲ ਨੂੰ ਬੰਦ ਕਰ ਦਾਂਗੇ ਨਹੀਂ ਤੇ ਅਸੀਂ ਜਾਣ ਨਹੀਂ ਲੱਗੇ ਜਿਹੜਾ ਅਸੀਂ 10 ਦਿਨ ਦਾ ਰਾਸ਼ਨ ਲੈ ਕੇ ਆਏ ਸਾਨੂੰ ਜਾਂਦਾ ਜਮਾ ਹੋ ਗਿਆ ਲੋਕਾਂ ਦਾ ਉਤਸ਼ਾਹ ਵਾ ਇੰਨਾ ਕਿ ਧੱਕੇ ਨੇ ਹਰ ਚੀਜ਼ ਕਾਜੂ ਬਦਾਮ ਜੋ ਵੀ ਖਾਣਾ ਕਿਸੇ ਨੇ ਵਾਧੂ ਮਿਲ ਗਿਆ ਐਕਚੁਲੀ ਪਤਾ ਕੀ ਹੋਇਆ ਜੀ ਮੀਡੀਆ ਨੇ ਪੰਜਾਬ ਨੂੰ ਕਹਿਤਾ ਵੀ ਨਸ਼ੇ ਖਾਣ ਡਿਆ ਪਏ ਉਹ ਹੋ ਗਏ ਜੀ ਬਾਹਰ ਚਲ ਗਏ ਜੇ ਇਹ ਭੁਲੇਖੇ ਵਿੱਚ ਹੀ ਸਾਰਾ ਕੰਮ ਹੋਇਆ ਇਹਨਾਂ ਦੇ ਮਤਲਬ ਇਹਨਾਂ ਨੂੰ ਸਹੀ ਪੰਜਾਬ ਨੂੰ ਸਮਝ ਨਹੀਂ ਹੈਗੀ ਠੀਕ ਹੈ ਪੰਜਾਬ ਚ ਅਜੇ ਵੀ ਨੌਜਵਾਨ ਉਦਾਂ ਹੀ ਆ ਮਿਹਨਤਾਂ ਕਰੀਆਂ ਨੇ ਤਾਂ ਹੀ ਜਿੱਤਾਂ ਸਾਡੇ ਤੋਂ ਹਰੀਆਂ ਨੇ ਹੋ ਕੇ ਨੀਵੇਂ ਮਿਹਨਤਾਂ ਕਰੀਆਂ ਨੇ ਤਾਂ ਹੀ ਜਿੱਤਾਂ ਸਾਡੇ ਤੋਂ ਹਰੀਆਂ ਨੇ ਚੁੱਕਣਾ ਨਾ ਪਵੇ ਕਿਸੇ ਦੇ ਕੇ ਐਸੀ ਛਵੀ ਬਣਾ ਆਇਆ ਹੋਵੇ ਹੜ ਭਾਵੇਂ ਪਿਆ ਹੋਵੇ ਸੋਕਾ ਗੁਰੂ ਘਰ ਦੇ ਸਪੀਕਰਾਂ ਚੋਂ ਆਵੇ ਸਾਂਝਾ ਹੋਕਾ ਆਇਆ ਹੋਵੇ ਹੜ ਭਾਵੇਂ ਪਿਆ ਹੋਵੇ ਸੋਕਾ ਗੁਰੂ ਘਰ ਦੇ ਸਪੀਕਰਾਂ ਚੋਂ ਆਵੇ ਸਾਂਝਾ ਹੋਕਾ ਭੁੱਖਾ ਸੋਵੇ ਨਾ ਕੋਈ ਰੋਟੀ ਤੋਂ ਜਹਾਨ ਤੇ
ਇਸੇਲੀ ਚਲਾਉਂਦਾ ਏ ਲੰਗਰ ਖਾਲਸਾ। ਬਾਬੇ ਨਾਨਕ ਦੇ ਵਿਹਾਂ ਦੇ ਵਿਆਜ ਨਾ ਸਾਰੀ ਦੁਨੀਆ ਤੇ ਲਾਉਂਦਾ ਏ ਲੰਗਰ ਖਾਲਸਾ। ਲੰਗਰ ਉਦਣ ਦਾ ਨਿਰੰਤਰ ਇਸ ਤਰ੍ਹਾਂ ਜਾਰੀ ਆ। ਗੁਰੂ ਨਾਨਕ ਸਾਹਿਬ ਦਾ ਇਸ ਤਰ੍ਹਾਂ ਦਾ ਸਿਸਟਮ ਆ ਵੀ ਉਹ ਵੱਧਦਾ ਹੀ ਆ ਰਿਹਾ, ਕੋਈ ਤੋੜ ਨਹੀਂ ਆਉਂਦੀ, ਉਹ ਡੇ ਬਾਈ ਡੇ ਸੰਗਤ ਵੀ ਵੱਧਦੀ ਆ ਰਹੀ ਹੈ।